dear students welcome back our today's topic is challenges of integrating icit in school education school di education de vich jehdi icit hai o di varton karan de layi kede kede challenges ne ho samne aa rahiyan ne chunautiyan hundiyan ne koi challenge rukavta keh lo mushkilan keh lo first hai lack of finance ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਹੈ ਜਾਂ ਪਹਿਲਾ ਜਿਹੜਾ ਚੈਲੰਜ ਹੈ ਉਹ ਇਹ ਹੈ ਵੀ ਵਿੱਤੀ ਮੁਸ਼ਕਲ ਹੈ ਫਾਈਨਾਂਸ ਦੀ ਕਮੀ ਹੈ ਆਈਸੀਟੀ ਨੂੰ ਲਾਗੂ ਕਰਨ ਦੇ ਲਈ ਜਦੋਂ ਮਿੰਜਾ ਸੀ ਨੂੰ ਸਟਾਰਟ ਕਰਨਾ ਹੈ ਤਾਂ ਸਾਨੂੰ ਕੰਪਿਊਟਰ ਚਾਹੀਦੇ ਨੇ ਪ੍ਰਿੰਟਰ ਇੰਟਰਨੈਟ ਤੇ ਇਹ ਨਾਲ ਜਿਹੜੇ ਰਿਲੇਟਡ ਹੋਰ ਬਹੁਤ ਸਾਰੀ ਸਮਗਰੀ ਹੈ ਉਹ ਚਾਹੀਦੀ ਹੁੰਦੀ ਹੈ ਹੁਣ ਜਦੋਂ ਅਸੀਂ ਕੋਈ ਵੀ ਜਿਹੜੀ ਲੈਬ ਉਹ ਤਿਆਰ ਕਰਨੀ ਹੈ ਉਹ ਤੇ ਸਾਨੂੰ ਖਰਚਾ ਆਏਗਾ ਤੇ ਜਦੋਂ ਅਸੀਂ ਫੇਰ ਉਹਦੀ ਕੋਈ ਮੁਰੰਮਤ ਕਰਨੀ ਹੈ ਕੋਈ ਉਹਦੇ ਵਿੱਚ ਹਾਰਡਵੇਅਰ ਪ੍ਰੋਬਲਮ ਆ ਜਾਂਦੀ ਹੈ ਸੌਫਟਵੇਅਰ ਅਪਡੇਟ ਕਰਨਾ ਹੁੰਦਾ ਹੈ ਤਾਂ ਜਿਹੜੇ ਖਰਚੇ ਨੇ ਸ਼ੁਰੂ ਹੋ ਜਾਂਦੇ ਨੇ ਬਟ ਜਿਹੜੇ ਸਕੂਲ ਨੇ ਉਹਨਾਂ ਦੇ ਸਾਹਮਣੇ ਫਾਈਨਾਂਸ ਦਾ ਪ੍ਰਬੰਧ ਕਰਨਾ ਬਹੁਤ ਔਖਾ ਕੰਮ ਹੈ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਫਾਈਨਾਂਸ ਹੀ ਹੀ ਪ੍ਰੋਬਲਮ ਹੈ ਫਾਈਨਾਂਸ ਦੀ ਹੀ ਸਮੱਸਿਆ ਹੈ ਜਿਹਦੇ ਨਾਲ ਅਸੀਂ ਜਿਹੜੀ ਆਈਸੀਟੀ ਹੈ ਉਹ ਸਕੂਲ ਲੈਵਲ ਤੇ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਸਕਦੇ ਨੈਕਸਟ ਹੈ ਲੈਕ ਆਫ ਸਕਿਲਸ ਸਕਿੱਲਸ ਮੀਨਸ ਹੁਨਰ ਆਈਸੀਟੀ ਬਾਰੇ ਜਿਹੜਾ ਹੁਨਰ ਹੈ ਗਿਆਨ ਹੈ ਉਹਦੀ ਵੀ ਕਮੀ ਹੈ ਅਸਲ ਦੇ ਵਿੱਚ ਜਿਹੜੀ ਆਈਸੀਟੀ ਹੈ ਉਹਦਾ ਘੇਰਾ ਬਹੁਤ ਵਿਸ਼ਾਲ ਹੈ ਇਹਦੇ ਵਿੱਚ ਹਾਰਡਵੇਅਰ ਹੋ ਗਿਆ ਸੌਫਟਵੇਅਰ ਹੈ ਪ੍ਰੋਗਰਾਮਿੰਗ ਹੈ ਇੰਟਰਨੈਟ ਹੈ ਤੇ ਹੋਰ ਬਹੁਤ ਸਾਰੇ ਜਿਹੜੇ ਐਸਪੈਕਟਸ ਨੇ ਜਿਨ੍ਹਾਂ ਬਾਰੇ ਕਾਫੀ ਜ਼ਿਆਦਾ ਜਿਹੜੀਆਂ ਸਕਿਲਫੁਲ ਸਾਨੂੰ ਪਰਸਨ ਦੀ ਜ਼ਰੂਰਤ ਹੈ ਮੀਨਸ ਸਾਨੂੰ ਟੈਕਨੀਕਲ ਵਿਅਕਤੀ ਚਾਹੀਦੇ ਨੇ ਜਿਹੜੇ ਕਿ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਕੰਪਿਊਟਰ ਦੇ ਵਿੱਚ ਕੋਈ ਪ੍ਰੋਜੈਕਟਰ ਦੇ ਵਿੱਚ ਜਾ ਕੋਈ ਸਿਸਨ ਸੌਫਟਵੇਅਰ ਅਪਡੇਟ ਕਰਾਉਣਾ ਹੈ ਤਾਂ ਉਹ ਸਕਿਲਫੁਲ ਪਰਸਨ ਨੇ ਜਿਹੜੇ ਉਹ ਸਕਿਲਸ ਦੀ ਕਮੀ ਵਾਲੇ ਸਾਨੂੰ ਨਹੀਂ ਮਿਲ ਰਹੇ ਹੈਗੇ ਨੈਕਸਟ ਹੈ ਲੈਕ ਆਫ ਨੋਲੇਜ ਫਿਰ ਗਿਆਨ ਦੀ ਵੀ ਘਾਟ ਹੈ ਕਿਉਂਕਿ ਜਿਹੜੇ ਆਈਸੀਟੀ ਦੇ ਜਿੰਨੇ ਵੀ ਰਿਸੋਰਸਸ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਵਰਤਣਾ ਹੈ ਜੇ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਕਿਵੇਂ ਠੀਕ ਕਰਨਾ ਮੀਨ ਜਿੰਨਾਂ ਕੋਲ ਕੋਈ ਟ੍ਰੇਨਿੰਗ ਨਹੀਂ ਹੈ ਜਿਹੜੇ ਵਿਅਕਤੀਆਂ ਨੂੰ ਸਹੀ ਤਰੀਕੇ ਦੀ ਜਿਹੜੀ ਹਾਰਡਵੇਅਰ ਜਾਂ ਸੌਫਟਵੇਅਰ ਨਾਲ ਰਿਲੇਟਡ ਜੋ ਅਪਡੇਟ ਕਰਨੀ ਹੁੰਦੀ ਹੈ ਤੇ ਨਾਲ ਨਾਲ ਨੌਲੇਜ ਵੀ ਨਹੀਂ ਰੱਖੀ ਜਾਂਦੀ ਪਹਿਲੇ ਤਾਂ ਅਧਿਆਪਕ ਜਿਨ੍ਹਾਂ ਨੇ ਪੜਾਉਣਾ ਹੈ ਉਹ ਵੀ ਸਹੀ ਤਰੀਕੇ ਦੀ ਜਿਹੜੀ ਨੌਲੇਜ ਹੈ ਉਹ ਆਪਣੇ ਆਈਸੀਟੀ ਦੇ ਜਿਹੜੇ ਵੀ ਰਿਸੋਰਸਸ ਨੇ ਉਹਨਾਂ ਬਾਰੇ ਨਹੀਂ ਰੱਖਦੇ ਉਹਨਾਂ ਕੋਲ ਵੀ ਗਿਆਨ ਦੀ ਘਾਟ ਹੈ ਫਿਰ ਜਿਨ੍ਹਾਂ ਤੋਂ ਤੁਸੀਂ ਨੇ ਠੀਕ ਵਗੈਰਾ ਕਰਾਉਣੇ ਕੰਪਿਊਟਰ ਉਹਨਾਂ ਕੋਲ ਵੀ ਜਿਹੜਾ ਉਹਨਾਂ ਗਿਆਨ ਹੈ ਨਹੀਂ ਹੁੰਦਾ ਨੈਕਸਟ ਆ ਪ੍ਰੋਬਲਮ ਆਫ ਇਨਫਰਾਸਟ੍ਰਕਚਰ ਹੁਣ ਸਕੂਲ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਸਾਨੂੰ ਉਹਦੀ ਵੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਜਦੋਂ ਅਸੀਂ ਆਈਸੀਟੀ ਨੂੰ ਲਾਗੂ ਕਰਨਾ ਹੈ ਤਾਂ ਇੰਟਰਨੈਟ ਚਾਹੀਦਾ ਹੈ ਕੰਪਿਊਟਰ ਤੇ ਜਿਹੜੇ ਹੋਰ ਯੰਤਰ ਚਾਹੀਦੇ ਹੁੰਦੇ ਨੇ ਮੁਰੰਮਤ ਦਾ ਪ੍ਰਬੰਧ ਕਰਨਾ ਹੁੰਦਾ ਪ੍ਰੋਪਰ ਬਿਜਲੀ ਲੈਬ ਦਾ ਪ੍ਰਬੰਧ ਕਰਨਾ ਫਿਰ ਜਿਹੜੇ ਕੰਪਿਊਟਰ ਲੈਬਸ ਨੇ ਉਹਨਾਂ ਵਿੱਚ ਏਸੀ ਵੀ ਜ਼ਰੂਰੀ ਹੈ ਇਸ ਕਰਕੇ ਜਿਹੜਾ ਸਾਰਾ ਇਨਫਰਾਸਟ੍ਰਕਚਰ ਹੈ ਇਹ ਅਰੇਂਜ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਕਈ ਵਾਰ ਕੀ ਹੁੰਦਾ ਵੀ ਜਿਹੜੇ ਲਾਈਟ ਦੇ ਬਹੁਤ ਵੱਡੇ ਵੱਡੇ ਕਟ ਲੱਗਦੇ ਨੇ ਤੇ ਜੇ ਸਾਰੇ ਦਿਨ ਬਿਜਲੀ ਨਹੀਂ ਆਏਗੀ ਜਾਂ ਜਿਹੜੇ ਟੈਕਨੀਸ਼ੀਅਨ ਨੇ ਉਹ ਘਟ ਹੋਣਗੇ ਛੋਟੇ ਕਮਰੇ ਹੋਣਗੇ ਹਾਰਡਵੇਅਰ ਤੇ ਜਿਹੜਾ ਸੌਫਟਵੇਅਰ ਹੈ ਉਹ ਸਾਨੀ ਨਾਲ ਅਵੇਲੇਬਲ ਨਹੀਂ ਹੋਏਗਾ ਤਾਂ ਵੀ ਜਿਹੜੀ ਆਈਸੀਟੀ ਦਾ ਜਿਹੜਾ ਪੂਰਾ ਇਨਫਰਾਸਟ੍ਰਕਚਰ ਹੈ ਉਹ ਨਾਲ ਰਿਲੇਟਡ ਜਿਹੜੀ ਪ੍ਰੋਬਲਮ ਹੈ ਉਹ ਆਏਗੀ ਨੈਕਸਟ ਹੈ ਲੈਕ ਆਫ ਰੋਲ ਆਫ ਐਡਮਿਨਿਸਟਰੇਟਰਸ ਪ੍ਰਬੰਧਕਾਂ ਦੇ ਰੋਲ ਦੀ ਘਾਟ ਹੁਣ ਜਿਹੜਾ ਕੋਈ ਵੀ ਸਕੂਲ ਹੈ ਉਹ ਚੇਂਜ ਲਿਆਉਣ ਦੇ ਵਿੱਚ ਭਾਵੇਂ ਆਈਸੀਕੇ ਨੂੰ ਲਾਗੂ ਕਰਨ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਟਰਸ ਹੁੰਦੇ ਨੇ ਸਕੂਲ ਦੇ ਉਹ ਆਪਣਾ ਅਹਿਮ ਰੋਲ ਪਲੇ ਕਰਦੇ ਨੇ ਹੁਣ ਇਸੇ ਤਰ੍ਹਾਂ ਜਦੋਂ ਵੀ ਸਕੂਲ ਦੇ ਵਿੱਚ ਆਈਸੀਟੀ ਨੂੰ ਲਾਗੂ ਕਰਨਾ ਹੁੰਦਾ ਹੈ ਤਾਂ ਜਿਹੜੇ ਐਡਮਿਨਿਸਟ੍ਰੇਟਰ ਨੇ ਸਕੂਲ ਦੇ ਪ੍ਰਬੰਧਕ ਨੇ ਉਹਨਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਮੀਨ ਜ ਉਹਨਾਂ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਜਿਹੜਾ ਆਈਸੀਟੀ ਦੇ ਉੱਪਰ ਖਰਚਾ ਆਉਣਾ ਹੈ ਉਹ ਜਾਂ ਜਿਹੜੀਆਂ ਹੋਰ ਟੈਕਨੀਕਲ ਫੈਸਿਲਿਟੀਆਂ ਚਾਹੀਦੀਆਂ ਨੇ ਉਹਦੀ ਜ਼ਿੰਮੇਵਾਰੀ ਐਡਮਿਨਿਸਟ੍ਰੇਟਰ ਦੀ ਹੀ ਹੁੰਦੀ ਹੈ ਹੁਣ ਇਸ ਕੰਮ ਦੇ ਲਈ ਜਿਹੜੇ ਐਡਮਿਨਿਸਟਰेटर ਨੇ ਉਹ ਖੁਦ ਪਹਿਲਾਂ ਤਾਂ ਆਈਸੀਟੀ ਬਾਰੇ ਪੂਰਾ ਜਿਹੜਾ ਗਿਆਨ ਹੈ ਰੱਖਦੇ ਹੋਣ ਤੇ ਇਹਦੀ ਮਹੱਤਤਾ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹਦੀ ਕੀ ਉਪਯੋਗਤਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਤਾਂ ਹੀ ਉਹ ਸਕੂਲ ਦੇ ਵਿੱਚ ਸਹੀ ਤਰੀਕੇ ਦੀ ਜਿਹੜੀ ਆਈਸੀਟੀ ਹੈ ਉਹ ਲਾਗੂ ਕਰ ਸਕਦੇ ਨੇ ਬਟ ਜਿਹੜੇ ਐਡਮਿਨਿਸਟਰेटर ਨੇ ਉਹ ਆਪਣਾ ਜਿਹੜਾ ਵਧੀਆ ਰੋਲ ਆ ਉਹ ਪਲੇ ਨਹੀਂ ਕਰਦੇ ਕਿਉਂਕਿ ਅਲੈਦਾ ਵੀ ਜਿਹੜਾ ਇੰਨਾ ਖਰਚ ਆਏਗਾ ਚਲੋ ਕੋਈ ਗੱਲ ਨਹੀਂ ਕੰਮ ਤੇ ਚੱਲੇ ਜਾ ਰਹੇ ਨੇ ਨੈਕਸਟ ਹੈ ਲੈਂਗੁਏਜ ਲੈਂਗੁਏਜ ਹੈ ਭਾਸ਼ਾ ਹੁਣ 80% ਤੋਂ ਉੱਪਰ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਜੋ ਇੰਟਰਨੈਟ ਦੇ ਉੱਪਰ ਕੋਈ ਵੀ ਜੋ ਅਸੀਂ ਸਰਚ ਕਰਦੇ ਹਾਂ ਤਾਂ ਜਿਹੜਾ ਵੀ ਸਟੱਡੀ ਮਟੀਰੀਅਲ ਹੈ ਜਾਂ ਕੋਈ ਸੀਡੀ ਹੈ ਕੋਈ ਵੀਡੀਓਜ਼ ਨੇ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ ਹੁੰਦਾ ਹੈ ਹੁਣ ਇੰਗਲਿਸ਼ ਜਿਹੜੀ ਲੈਂਗੁਏਜ ਹੈ ਭਾਰਤ ਦੇ ਵਿੱਚ ਸਿਰਫ ਚੁਣਵੇਂ ਖੇਤਰਾਂ ਦੇ ਵਿੱਚ ਹੀ ਬੋਲੀ ਜਾਂਦੀ ਹੈ ਮੀਨਸ ਸਾਰੇ ਲੋਕਾਂ ਨੂੰ ਨੌਲੇਜ ਨਹੀਂ ਜੇਕਰ ਅਸੀਂ ਕਹੇ ਵੀ 90% ਲੋਕ ਇੰਗਲਿਸ਼ ਜਾਣ ਸਕਦੇ ਨੇ ਨਹੀਂ ਇਹ ਪੌਸਿਬਿਲਿਟੀ ਨਹੀਂ ਹੈ ਹੁਣ ਜਿਹੜੇ ਬਾਕੀ ਖੇਤਰ ਨੇ ਉਹਨਾਂ ਵਿੱਚ ਜਿਹੜੀ ਮਾਤ ਭਾਸ਼ਾ ਉਹਦਾ ਪ੍ਰਯੋਗ ਕੀਤਾ ਜਾਂਦਾ ਹੈ। ਬਾਕੀ ਖੇਤਰ ਵਿੱਚ ਜੇ ਹੁਣ ਅਸੀਂ ਸਕੂਲ ਜਾ ਰਹੇ ਹਾਂ ਤਾਂ ਉੱਥੇ ਵੀ ਦੇਖੋ ਮਾਤ ਭਾਸ਼ਾ ਵਰਤੀ ਜਾ ਰਹੀ ਹੈ। ਸੋਸਾਇਟੀ ਦੇ ਵਿੱਚ ਵਿੱਚ ਰਹੇ ਹਾਂ ਉੱਥੇ ਵੀ ਹੈ। ਮੈਂ ਦੇ ਦੋ ਅਸੀਂ ਆਈਸੀਟੀ ਨੂੰ ਯੂਜ਼ ਕਰਨਾ ਹੈ ਤਾਂ ਉੱਥੇ ਜਿਹੜੀ ਲੈਂਗੁਏਜ ਦੀ ਪ੍ਰੋਬਲਮ ਹੈ ਉਹ ਆਉਂਦੀ ਹੈ। ਕਿਉਂਕਿ ਇੱਕ ਜੇਕਰ ਅਸੀਂ ਮਦਰ ਟੰਗ ਨੂੰ ਪੜ੍ਹਾ ਰਹੇ ਹਾਂ, ਮਾਤ ਭਾਸ਼ਾ ਪੜ੍ਹਾ ਰਹੇ ਹਾਂ ਜਿਵੇਂ ਕਿ ਅਸੀਂ ਪੰਜਾਬੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਸਟੱਡੀ ਮਟੀਰੀਅਲ ਅਰੇਂਜਮੈਂਟ ਕਰਨਾ ਇਹਦੇ ਆਪ ਲਈ ਔਖਾ ਹੋ ਜਾਂਦਾ ਹੈ। ਕਿਉਂਕਿ ਜੇਕਰ ਅ ਤੇ ਬੱਚੇ ਵੀ ਸਹੀ ਤਰੀਕੇ ਨਾਲ ਸਮਝ ਸਕਣਗੇ ਤੇ ਨਾਹੀਂ ਅਧਿਆਪਕ ਸਹੀ ਤਰੀਕੇ ਨਾਲ ਸਮਝਾ ਪਾਏਗਾ ਤੇ ਨਾਹੀਂ ਬੱਚਿਆਂ ਦਾ ਜਿਹੜਾ ਇੰਟਰਸਟ ਹੈ ਉਹ ਬਣੇਗਾ ਇਸ ਕਰਕੇ ਲੈਂਗੁਏਜ ਦੀ ਪ੍ਰੋਬਲਮ ਵੀ ਆਈਸੀਟੀ ਨੂੰ এডਿਕੇਸ਼ਨ ਦੇ ਨਾਲ ਇੰਟੀਗ੍ਰੇਟ ਕਰਨ ਦੇ ਵਿੱਚ ਇੱਕ ਜਿਹੜੀ ਵੱਡੀ ਮੁਸ਼ਕਿਲ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਨੈਕਸਟ ਹੈ ਲੈਕ ਆਫ ਟੈਕਨੀਕਲ ਐਕਸਪਰਟਸ ਫਿਰ ਜਿਹੜੇ ਸਾਨੂੰ ਕੰਪਿਊਟਰ ਰੱਖੇ ਹੋਏ ਅਸੀਂ ਲੈਬ ਦੇ ਵਿੱਚ ਸਾਡੇ ਕੋਲ ਪ੍ਰੋਜੈਕਟਰ ਨਹੀਂ ਕੋਈ ਸਾਨੂੰ ਹਾਰਡਵੇਅਰ ਸੌਫਟਵੇਅਰ ਇਹਨਾਂ ਚੀਜ਼ਾਂ ਨਾਲ ਰਿਲੇਟਡ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕੋਈ ਅਪਡੇਟ ਚਾਹੀਦੀ ਹੈ ਤਾਂ ਇਹਦੇ ਲਈ ਸਾਨੂੰ ਟੈਕਨੀਕਲ ਐਕਸਪਰਟਸ ਚਾਹੀਦੇ ਨੇ ਬਟ ਜਿਹੜੇ ਟੈਕਨੀਕਲ ਐਕਸਪਰਟਸ ਨੇ ਉਹ ਬਹੁਤ ਘੱਟ ਨੇ ਕਿਉਂਕਿ ਜਿਹੜੀ ਆਈਸੀਟੀ ਹੈ ਇਹਦਾ ਖੇਰਾ ਬਹੁਤ ਵਿਸ਼ਾਲ ਹੈ ਇਸ ਕਰਕੇ ਇਹਨਾਂ ਨਾਲ ਰਿਲੇਟਡ ਬਹੁਤ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਨੇ ਜਿਨ੍ਹਾਂ ਦੇ ਲਈ ਵੱਖ-ਵੱਖ ਐਕਸਪਰਟ ਹੁੰਦੇ ਨੇ ਉਸ ਕੰਮ ਨੂੰ ਕਰਨ ਦੇ ਲਈ ਬਟ ਜਿਹੜੇ ਆਮ ਏਰੀਆਜ਼ ਨੇ ਉਹਨਾਂ ਦੇ ਵਿੱਚ ਜਿਹੜੇ ਐਕਸਪਰਟਸ ਨੇ ਮੀਨਜ਼ ਹਰ ਫੀਲਡ ਦੇ ਵਿੱਚ ਜਿਵੇਂ ਕਿ ਪ੍ਰੋਗਰਾਮਰ ਹੁੰਦੇ ਨੇ ਸਿਕਿਉਰਟੀ ਐਕਸਪਰਟਸ ਹੁੰਦੇ ਨੇ ਨੈਟਵਰਕ ਨਾਲ ਰਿਲੇਟਡ ਇਸ਼ੂਸ ਸੋਲਵ ਕਰਨ ਵਾਲੇ ਹੁੰਦੇ ਨੇ ਹਾਰਡਵੇਅਰ ਤੇ ਸੌਫਟਵੇਅਰ ਨਾਲ ਰਿਲੇਟਡ ਹੁੰਦੇ ਨੇ ਹੁਣ ਐਨੇ ਜਿਹੜੇ ਪਰਸਨ ਨੇ ਉਹ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੇ ਜਿਹੜੇ ਕਿ ਟੈਕਨੀਕਲ ਐਕਸਪਰਟਸ ਹੋਣ ਇਹ ਵੀ ਆਈਸੀਟੀ ਦੀ ਵਰਤੋਂ ਦੇ ਵਿੱਚ ਇੱਕ ਰੁਕਾਵਟ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਨੈਕਸਟ ਆ ਲੈਕ ਆਫ ਸੋਰਸਸ ਹੁਣ ਜਿਹੜੇ ਸੋਰਸਸ ਨੇ ਆਈਸੀਟੀ ਨੂੰ ਜਦੋਂ ਅਸੀਂ ਲਾਗੂ ਕਰਨਾ ਹੈ ਤਾਂ ਬਹੁਤ ਜ਼ਿਆਦਾ ਚਾਹੀਦੇ ਹੁੰਦੇ ਨੇ ਬਟ ਸਾਡੇ ਕੋਲ ਜਿਹੜੇ ਸੋਰਸਸ ਨੇ ਉਹਨਾਂ ਦੀ ਕਮੀ ਹੈ ਜਿਵੇਂ ਕਿ ਜੇਕਰ ਸੀ ਬੱਚਿਆਂ ਨੂੰ ਪ੍ਰੋਜੈਕਟਰ ਦੇ ਰਾਹੀਂ ਆਨਲਾਈਨ ਸਟੱਡੀ ਕਰਵਾ ਦਿੰਨੇ ਆ ਤਾਂ ਜਿਹੜਾ ਅਧਿਆਪਕ ਬੱਚੇ ਨੂੰ ਲਿਖਤੀ ਕੰਮ ਜਾਂ ਹੋਰ ਜਮਾਤ ਦੇ ਵਿੱਚ ਕੋਈ ਵੀ ਜਿਹੜਾ ਦੂਸਰੇ ਮੈਥਡ ਨੇ ਉਹਨਾਂ ਦੀ ਵਿਧੀ ਨਾਲ ਪੜਾਉਣ ਦਾ ਸਮਾਂ ਨਹੀਂ ਦੇ ਸਕਦਾ ਕਿਉਂਕਿ ਪ੍ਰੋਜੈਕਟਰ ਤੇ ਹੀ ਜਿਹੜਾ ਟੌਪਿਕ ਆ ਉਹ ਬੱਚੇ ਨੂੰ ਕਰਵਾਇਆ ਜਾ ਰਿਹਾ ਹੈ ਬਟ ਜਿਹੜੀਆਂ ਹੋਰ ਐਕਟੀਵਿਟੀਜ਼ ਨੇ ਉਹ ਤੋਂ ਬੱਚੇ ਵਾਂਝੇ ਰਹਿ ਜਾਂਦੇ ਨੇ ਤੇ ਨਾਲ ਹੀ ਬੱਚੇ ਦੇ ਕੋਲ ਵੀ ਆਈਸੀਟੀ ਦੇ ਅਧੀਨ ਐਜੂਕੇਸ਼ਨ ਲੈਣ ਦੇ ਲਈ ਘਰ ਦੇ ਵਿੱਚ ਕੋਈ ਕੰਪਿਊਟਰ ਲੈਪਟਾਪ ਦਾ ਇੰਟਰਨੈਟ ਦੀ ਫੈਸਿਲਿਟੀ ਹੋਣੀ ਜ਼ਰੂਰੀ ਹੈ ਬਟ ਅਸੀਂ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਜਿਹੜੇ ਬਹੁਤ ਸਾਰੇ ਲੋਕ ਐਮੇ ਦੇ ਨੇ ਜਿਹੜੇ ਕਿ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿ ਰਹੇ ਨੇ ਇਸ ਕਰਕੇ ਜਿਹੜੇ ਉਹ ਇਸ ਤਰ੍ਹਾਂ ਦੇ ਸੋਰਸਸ ਨੇ ਖਰੀਦਣਾ ਉਹਨਾਂ ਦੇ ਲਈ ਬਹੁਤ ਦੂਰ ਦੀ ਗੱਲ ਹੈ ਮੀਨਸ ਇਹ ਨਾਲ ਕੀ ਹੋਏ ਵੀ ਜਿਹੜੇ ਬੱਚੇ ਨੇ ਸਕੂਲ ਦੇ ਵਿੱਚ ਤਾਂ ਪੜਾਉਣਗੇ ਬਟ ਜਿਹੜੀ ਉਹਨਾਂ ਦੇ ਰਿਵੀਜ਼ਨ ਹੈ ਉਹ ਲੈਕ ਆਫ ਸੋਰਸਸ ਦੇ ਕਰਕੇ ਘਰ ਦੇ ਵਿੱਚ ਨਹੀਂ ਹੋ ਪਾਏਗੀ ਨੈਕਸਟ ਹੈ ਨੈਰੋ ਥਿੰਕਿੰਗ ਸਾੜੀ ਸੋਚ ਪੁਰਾਤਨ ਸੋਚ ਅੱਜ ਵੀ ਕਈ ਜਿਹੜੇ ਅਧਿਆਪਕ ਨੇ ਉਹ ਇਸ ਤਰ੍ਹਾਂ ਦੀ ਸੋਚ ਦੇ ਮਾਲਿਕ ਨੇ ਕਿ ਅਧਿਆਪਕ ਨੂੰ ਸਿਰਫ ਗੁਰੂ ਦੇ ਰੂਪ ਦੇ ਵਿੱਚ ਜਿਹੜੀ ਟੀਚਰ ਸੈਂਟਰਡ ਵਿਧੀ ਨਾਲ ਹੀ ਪੜਾਉਣਾ ਚਾਹੀਦਾ ਹੈ ਨਾ ਕਿ ਅਧਿਆਪਕ ਨੂੰ ਕੋਈ ਜਿਹੜਾ ਐਜ਼ ਅਸਿਸਟੈਂਟ ਐਜ਼ ਅ ਸਟੇਜ ਸੈਟਰ ਮੀਨਜ਼ ਉਹ ਕੋਈ ਕੰਮ ਨਹੀਂ ਕਰਨੇ ਇਹਦੇ ਨਾਲ ਇਹੋ ਜਿਹੜੇ ਨਵੇਂ ਟੈਕਨੀਕਸ ਨੇ ਉਹਨਾਂ ਨੂੰ ਵੀ ਸਮਝਣ ਦੇ ਵਿੱਚ ਜਿਹੜੀ ਮੁਸ਼ਕਲ ਮਹਿਸੂਸ ਕਰਦੇ ਨੇ ਤੇ ਉਹਨਾਂ ਤੋਂ ਟਾਲਾ-ਵਟਦੇ ਨੇ ਮੀਨਜ਼ ਉਹਨਾਂ ਨੂੰ ਇਗਨੋਰ ਕਰਦੇ ਨੇ ਕਿ ਕੋਈ ਗੱਲ ਨਹੀਂ ਅਸੀਂ ਤਾਂ ਥੋੜੇ ਟਾਈਮ ਨੂੰ ਰਿਟਾਇਰ ਹੋ ਜਾਣਾ ਹੈ ਕੋਈ ਨਹੀਂ ਜੇਸੀ ਨਹੀਂ ਵੀ ਵਰਤਾਂਗੇ ਤਾਂ ਕੋਈ ਗੱਲ ਨਹੀਂ ਹੋਏਗੀ ਮੀਨਸ ਇਹਦੇ ਆਪਕਾ ਇਸ ਤਰੀਕੇ ਨਾਲ ਸੋਚਦੇ ਨੇ ਤੇ ਕਈ ਵਾਰ ਇਹਦੇ ਆਪਕ ਕੁਛ ਇਹ ਵੀ ਸੋਚਦੇ ਨੇ ਐਨੀ ন্যারੋ ਥਿੰਕਿੰਗ ਰੱਖਦੇ ਨੇ ਕਿ ਜੇਕਰ ਅਸੀਂ ਆਈਸੀਟੀ ਦੇ ਨਾਲ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਬੱਚੇ ਸੈਲਫ ਡਿਪੈਂਡੈਂਟ ਹੋ ਜਾਣਗੇ ਤੇ ਜਿਹੜੇ ਅਸੀਂ ਆ ਅਸੀਂ ਟੀਚਰਾਂ ਕਿ ਸਾਡੀ ਵੈਲਿਊ ਘਟ ਜੇਗੀ ਜਿਹੜੇ ਅੱਜ ਦੇ ਮਾਪੇ ਨੇ ਉਹ ਵੀ ਇਹ ਸੋਚ ਰੱਖਦੇ ਨੇ ਕਿ ਉਹਨਾਂ ਦੇ ਜੇਕਰ ਬੱਚੇ ਸੀ ਕੰਪਿਊਟਰ ਇੰਟਰਨੈਟ ਲੈਪਟਾਪ ਜਾਂ ਜਿਹੜੇ ਆਈਸੀਟੀ ਦੇ ਹੋਰ ਸੋਰਸਸ ਨੇ ਜਿਵੇਂ ਕਿ ਮੋਬਾਈਲ ਵਗੈਰਾ ਜੇ ਅਸੀਂ ਉਹਨਾਂ ਨੂੰ ਵਰਤਣ ਦੇ ਲਈ ਦਵਾਂਗੇ ਤਾਂ ਉਹ ਗਲਤ ਰਸਤੇ ਪੈ ਜਾਣ ਇਸ ਤਰ੍ਹਾਂ ਇਹ ਜਿਹੜੇ ਨੈਰੋ ਥਿੰਕਿੰਗ ਆ ਉਹ ਵੀ ਆਈਸੀਟੀ ਦੇ ਲਾਗੂ ਹੋਣ ਦੇ ਵਿੱਚ ਇੱਕ ਰੁਕਾਵਟ ਹੈ ਓਨਲੀ ਬੇਸਡ ਔਨ ਨੌਲੇਜ ਹੁਣ ਜੇਕਰ ਅਸੀਂ ਬੱਚਿਆਂ ਨੂੰ ਆਈਸੀਟੀ ਦੇ ਜ਼ਰੀਏ ਪੜਾ ਰਹੇ ਹਾਂ ਆਈਸੀਟੀ ਦਾ ਸਹਾਰਾ ਲੈ ਕੇ ਪੜਾ ਰਹੇ ਹਾਂ ਤਾਂ ਇਹ ਨਾਲ ਸਿਰਫ ਬੱਚੇ ਨੌਲੇਜ ਹੀ ਗੇਨ ਕਰਨਗੇ ਜਿਹੜੀ ਬੱਚੇ ਦੀ 올 ਰੌਂਡ ਡਵੈਲਪਮੈਂਟ ਹੈ ਉਹ ਨਹੀਂ ਹੋਏਗੀ ਕਿਉਂਕਿ ਜਿਹੜੇ ਬੱਚੇ ਨੇ ਅਗਰ ਅਸੀਂ ਉਹਨਾਂ ਨੂੰ ਇਕੱਲੀ ਨੌਲੇਜ ਦਵਾਂਗੇ ਤਾਂ ਉਹ ਕਿਤਾਬੀ ਕੀੜੇ ਹੀ ਬਣ ਜਾਣਗੇ ਜਿਹੜੀਆਂ ਬਾਕੀ ਐਕਟੀਵਿਟੀਆਂ ਜਿਵੇਂ ਕਿ ਕੋਈ ਐਥਲੈਟਿਕਸ ਨਾਲ ਰਿਲੇਟਡ ਨੇ ਕੋਈ ਸੋਸ਼ਲ ਐਕਟੀਵਿਟੀਆਂ ਨੇ ਕੋ- ਕਰਿ ਕੁਲਰ ਐਕਟੀਵਿਟੀਆਂ ਨੇ ਉਹ ਸਾਰੀਆਂ ਨਹੀਂ ਕਰਵਾਈਆਂ ਜਾਣੀਆਂ ਕਿਉਂਕਿ ਬੱਚੇ ਨੂੰ ਵੀ ਜਿਵੇਂ ਕਿ ਅਸੀਂ ਵੈਸੇ ਇਗਜ਼ੈਂਪਲ ਲਈ ਕਿ ਜਿਹੜਾ ਬੱਚਾ ਕੋਈ ਗੇਮ ਡਾਊਨਲੋਡ ਕਰ ਲੈਂਦਾ ਫੋਨ ਤੇ ਤਾਂ ਬਾਰ ਬਾਰ ਉਹ ਉਸ ਗੇਮ ਨੂੰ ਖੇਡਣ ਵੱਲ ਨੂੰ ਭੱਜਦਾ ਹੈ। ਭਾਵੇਂ ਕਿੰਨਾ ਹੀ ਰੋਕਿਆ ਜਾਵੇ। ਹੁਣ ਇਸੇ ਤਰੀਕੇ ਨਾਲ ਜਿਹੜੇ ਬੱਚੇ ਨੇ ਉਹ ਦੇ ਹੈਪਚੁਅਲ ਹੋ ਜਾਣਗੇ ਕਿ ਅਸੀਂ ਜਿਹੜੀ ਨੌਲੇਜ ਹੈ ਏਸੀ ਤੋਂ ਹੀ ਲੈਣੀ ਹੈ। ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਆਲ ਰੌਂਡ ਡਵੈਲਪਮੈਂਟ ਹੈ ਉਹ ਨਹੀਂ ਹੋ ਪਾਏਗੀ ਹੁਣ এনवायरमेंट ਦੇ ਨਾਲ ਵਾਤਾਵਰਨ ਦੇ ਨਾਲ ਰਿਲੇਟਡ ਨੇ ਜਿਹੜੇ ਚੈਲੰਜ ਆ ਉਹ ਵੀ ਸਾਹਮਣੇ ਆਉਂਦੇ ਨੇ এনवायरमेंट ਮੀਨਸ ਜਿਹੜੇ ਵੀ ਸਕੂਲ ਨੇ ਕਾਲਜ ਨੇ ਜਾਂ ਜਿਹੜੀਆਂ ਹੋਰ ਜਿੱਥੇ ਕਿ এডਿਕੇਸ਼ਨ ਨਾਲ ਰਿਲੇਟਡ ਜਿਹੜੀ এডਿਕੇਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਜਿਹੜੀਆਂ ਸੰਸਥਾਵਾਂ ਨੇ ਕੁਝ ਉਹਨਾਂ ਦਾ ਜਿਹੜਾ ਬਿਲਡਿੰਗ ਦਾ ਸਟਰਕਚਰ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈ ਕਿ ਉੱਥੇ ਜਿਹੜੀ ਆਈਸੀਟੀ ਉਹਦਾ ਪ੍ਰਬੰਧ ਕੀਤਾ ਜਾ ਸਕੇ ਕਿਉਂਕਿ ਇਹਨਾਂ ਇਮਾਰਤਾਂ ਦੇ ਵਿੱਚ ਜਿਹੜਾ ਬਿਜਲੀ ਸਪਲਾਈ ਦਾ ਪ੍ਰਬੰਧ ਹੈ ਕੋਈ ਏਸੀ ਚਾਹੀਦਾ ਹੈ ਹੀਟਰ ਤੇ ਹਵਾ ਦਾ ਕਮਿਊਨੀਕੇਸ਼ਨ ਸੌਰੀ ਹਵਾ ਦਾ ਵੀ ਕਰਾਸ ਕਰਨਾ ਜ਼ਰੂਰੀ ਹੁੰਦਾ ਹੈ ਤੇ ਸਕਿਉਰਟੀ ਵੀ ਚਾਹੀਦੀ ਹੁੰਦੀ ਹੈ ਬਟ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਤੇ ਫਿਰ ਇਹ ਵੀ ਨਹੀਂ ਬਹੁਤੇ ਉੱਥੇ ਨੌਲੇਜ ਹੁੰਦੀ ਕਿ ਜਿਹੜੀ ਕਿੰਨੀ ਵੋਲਟੇਜ ਹੈ ਬਿਜਲੀ ਵਾਰ-ਵਾਰ ਤਾਂ ਨਹੀਂ ਹੁੰਦੀ ਜਾਂਦੀ ਮੀਨ ਜ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਜਿਹੜੀ ਲਾਈਟ ਉਹ ਵੱਧ ਘਟਾਏਗੀ ਤਾਂ ਉਹ ਨਾਲ ਜਿਹੜੇ ਕੰਪਿਊਟਰ ਨੇ ਜਾਂ ਜਿਹੜੇ ਹੋਰ ਆਈਸੀਟੀ ਦੇ ਸਾਧਨ ਨੇ ਉਹ ਕ੍ਰੈਬ ਹੋ ਜਾਣਗੇ ਤੇ ਸਕੂਲ ਦੇ ਵਿੱਚ ਜੇਕਰ ਅਸੀਂ ਕਹਿੰਦੇ ਵੀ ਇੰਟਰਨੈਟ ਦਾ ਪ੍ਰਬੰਧ ਤਾਂ ਹੋ ਸਕਦਾ ਹੈ ਉਹ ਜਿਹੜਾ ਪਿੰਡ ਹੈ ਬਹੁਤ ਪਛੜਿਆ ਹੋਇਆ ਹੋਵੇ ਤੇ ਉੱਥੇ ਜਿਹੜਾ ਕੋਈ ਰੇਂਜ ਵਗੈਰਾ ਦੀ ਪ੍ਰੋਬਲਮ ਵੀ ਆ ਸਕਦੀ ਹੈ ਨੈਕਸਟ ਹੈ ਕਲਚਰਲ ਚੈਲੰਜਸ ਸਭਿਆਚਾਰਕ ਚੁਣੌਤੀਆਂ ਹੁਣ ਵਰਲਡ ਦੇ ਵਿੱਚ ਜੇਕਰ ਅਸੀਂ ਪੂਰੇ ਦੁਨੀਆ ਦੀ ਗੱਲ ਕਰੀਏ ਤਾਂ ਜਿਹੜਾ ਕਲਚਰ ਹੈ ਲੈਂਗੁਏਜ ਹੈ ਉਹ ਵੀ ਇੱਕ ਆਈਸੀਟੀ ਨੂੰ ਇਨਟੈਗ੍ਰੇਟ ਕਰਨ ਦੇ ਵਿੱਚ এডਿਕੇਸ਼ਨ ਦੇ ਵਿੱਚ ਸ਼ਾਮਿਲ ਕਰਨ ਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਬਣਦਾ ਹੈ ਕਿਉਂਕਿ ਜਿਹੜਾ ਸਬਦਾ ਕਲਚਰ ਉਹ ਵੱਖਰਾ ਵੱਖਰਾ ਹੈ ਤੇ ਲੈਂਗੁਏਜ ਵੀ ਵੱਖਰੀ ਵੱਖਰੀ ਹੈ ਹੁਣ ਕੰਪਿਊਟਰ ਤੇ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਇੰਟਰਨੈਟ ਤੇ ਸਾਰੇ ਜਿਹੜੇ ਅਸੀਂ ਕੋਈ ਵੀ ਮਟੀਰੀਅਲ ਲੱਭਦੇ ਹਾਂ ਮੋਸਟਲੀ ਸਾਨੂੰ ਇੰਗਲਿਸ਼ ਦੇ ਵਿੱਚ ਮਿਲਦਾ ਹੈ ਹੁਣ ਜਿਹੜੇ ਹੋਰ ਸਾਧਨ ਵਰਤੇ ਜਾਂਦੇ ਨੇ ਕੋਈ ਸੌਫਟਵੇਅਰ ਵਗੈਰਾ ਉਹ ਵੀ ਇੰਗਲਿਸ਼ ਲੈਂਗੁਏਜ ਦੇ ਵਿੱਚ ਹੁੰਦੇ ਨੇ ਤੇ ਇਹ ਕੀ ਹੈ ਵੀ ਸਾਰੇ ਲੋਕ ਇੰਗਲਿਸ਼ ਤੋਂ ਜਾਣੂ ਨਹੀਂ ਹੁੰਦੇ ਤੇ ਸੱਭਿਆਚਾਰ ਵੀ ਵੱਖਰਾ ਵੱਖਰਾ ਹੁੰਦਾ ਹੈ ਬਹੁਤੇ ਲੋਕ ਨੇ ਜਿਹੜੇ ਕੁਛ ਐਦਾਂ ਦੇ ਵੀ ਹੁੰਦੇ ਨੇ ਵੀ ਜਿਹੜੇ ਚਲੋ ਕੋਈ ਨਹੀਂ ਇੰਗਲਿਸ਼ ਚ ਹੈ ਨਹੀਂ ਅਸੀਂ ਸਿੱਖਦੇ ਛੱਡੋ ਨਹੀਂ ਸਮਝ ਆ ਰਿਹਾ ਠੀਕ ਹੈ ਜੀ ਹੁਣ ਇਹਦੇ ਕਰਕੇ ਵੀ ਜਿਹੜੇ ਪ੍ਰੋਬਲਮ ਹੈ ਉਹ ਆਈਸੀਟੀ ਦੇ ਵਿੱਚ ਆ ਰਹੀ ਹੈ ਨੈਕਸਟ ਹੈ ਇਲੀਟਰੇਸੀ ਲੋਕ ਅਨਪੜ੍ਹ ਨੇ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਜਿਹੜਾ ਪੜਿਆ ਲਿਖਿਆ ਵਿਅਕਤੀ ਹੈ ਉਹ ਆਈਸੀਟੀ ਬਾਰੇ ਆਸਾਨੀ ਨਾਲ ਸਮਝ ਸਕਦਾ ਹੈ ਜੇਕਰ ਉਹਨੂੰ ਕੰਟੈਂਟ ਇੰਗਲਿਸ਼ ਦੇ ਵਿੱਚ ਮਿਲਦਾ ਤਾਂ ਵੀ ਉਹਨੂੰ ਪੜ ਲਏਗਾ इजीली ਸਮਝ ਸਕਦਾ ਹੈ ਬਟ ਜੇਕਰ ਜਿਹੜੇ ਲੋਕ ਅਨਪੜ੍ਹਨੇ ਪੜੇ ਲਿਖੇ ਨਹੀਂ ਹੈਗੇ ਤਾਂ ਉਹਨਾਂ ਲੋਕਾਂ ਨੂੰ ਆਈਸੀਟੀ ਦੀ ਜਿਹੜੀ ਵਰਤੋਂ ਆ ਉਹਦੇ ਬਾਰੇ ਸਮਝਾਉਣਾ ਔਖਾ ਹੋ ਜੇਗਾ ਕਿ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲਾਗੂ ਕਰਨਾ ਹੈ ਇਹਦਾ ਕੀ ਫਾਇਦਾ ਹੈ ਉਹਨਾਂ ਨੂੰ ਜਿਹੜੇ ਬਹੁਤ ਸਾਰੀਆਂ ਗੱਲਾਂ ਨੇ ਉਹ ਸਮਝਾਉਣੀਆਂ ਬਹੁਤ ਮੁਸ਼ਕਿਲ ਨੇ ਕਿਉਂਕਿ ਹੋ ਸਕਦਾ ਵੀ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਾ ਕਰ ਪਾਉਣ ਜੇਕਰ ਉਹ ਯੂਜ਼ ਨਹੀਂ ਕਰ ਸਕਣਗੇ ਤਾਂ ਜਿਹੜੀ ਪ੍ਰੋਪਰ ਆਉਟਪੁੱਟ ਹੈ ਉਹ ਨਹੀਂ ਮਿਲੇਗੀ ਇਸ ਕਰਕੇ ਜਿਹੜੀ ਅਨਪੜਤਾ ਹੈ ਉਹ ਵੀ ਆਈਸੀਟੀ ਨੂੰ ਸਕੂਲ ਲੈਵਲ ਤੇ ਅਪਲਾਈ ਕਰਨ ਦੇ ਵਿੱਚ ਜਿਹੜੀ ਇੱਕ ਮੁਸ਼ਕਿਲ ਹੈ ਨੈਕਸਟ ਹੈ ਐਜੂਕੇਸ਼ਨਲ ਚੈਲੰਜਸ ਸਿੱਖਿਆ ਨਾਲ ਸੰਬੰਧਿਤ ਚੁਣੌਤੀਆਂ ਹੁਣ ਅਧਿਆਪਕ ਨੇ ਜਿਹੜਾ ਸਿਲੇਬਸ ਆ ਉਹ ਕੰਪਲੀਟ ਕਰਾਉਣਾ ਹੁੰਦਾ ਕਿਉਂਕਿ ਜਿਹੜਾ ਸਾਰਾ ਪੇਪਰ ਹੈ ਬੱਚੇ ਦਾ ਫਾਈਨਲ ਜਾਂ ਉਹਦੀ ਜਿਹੜੀ ਅਸੈਸਮੈਂਟ ਹੋਣੀ ਹੁੰਦੀ ਹੈ ਈਵੈਲੂਏਸ਼ਨ ਕਰਨੀ ਹੁੰਦੀ ਹੈ ਬੱਚੇ ਦੀ ਉਹ ਥਿਊਰੀ ਦੇ ਬੇਸ ਤੇ ਹੁੰਦੀ ਹੈ ਇਸ ਕਰਕੇ ਅਧਿਆਪਕ ਨੇ ਸਿਲੇਬਸ ਕੰਪਲੀਟ ਕਰਾਉਣਾ ਹੁੰਦਾ ਇਹ ਅਧਿਆਪਕ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਕਿ ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜਾ ਕਿਸੇ ਵੀ ਕਲਾਸ ਨੂੰ ਪੜ੍ਹਾ ਰਿਹਾ ਹੈ ਉਹ ਸਿਲੇਬਸ ਕੰਪਲੀਟ ਕਰਾਵੇ ਜਾਂ ਆਈਸੀਟੀ ਨੂੰ ਯੂਜ਼ ਕਰੇ ਕਿਉਂਕਿ ਜੇਕਰ ਆਈਸੀਟੀ ਨੂੰ ਯੂਜ਼ ਕੀਤਾ ਜਾ ਰਿਹਾ ਹੈ ਤਾਂ ਜੋ ਬਾਕੀ ਟਾਪਿਕ ਕਰਾਉਣੇ ਆ ਉਹਦੇ ਲਈ ਜਿਹੜਾ ਸਹੀ ਤਰੀਕੇ ਨਾਲ ਟਾਈਮ ਹੈ ਉਹ ਅਧਿਆਪਕ ਨਹੀਂ ਦੇ ਪਾਏਗਾ ਕਿਉਂਕਿ ਇੱਕ ਪੀਰੀਅਡ ਵਿੱਚ ਸਿਰਫ ਇੱਕੋ ਹੀ ਕੰਮ ਹੋ ਸਕਦਾ ਹੈ ਜਾਂ ਤਾਂ ਅਧਿਆਪਕ ਆਈਸੀਟੀ ਦੇ ਜ਼ਰੀਏ ਕੁਝ ਟਾਪਿਕ ਪੜ੍ਹਾ ਸਕਦਾ ਹੈ ਉਹਦੀ ਹੈਲਪ ਦੇ ਨਾਲ ਜਾਂ ਫਿਰ ਬੁੱਕ ਤੋਂ ਜਿਹੜਾ ਕੰਮ ਕਰਵਾਉਣਾ ਉਹ ਕਰਵਾ ਸਕਦਾ ਹੈ ਵੈਸੇ ਵੀ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਹੈ ਇਹਦੇ ਵਿੱਚ ਵੀ ਡ੍ਰੌਪਆਊਟਸ ਨੇ ਕਿਉਂਕਿ ਜਿਹੜਾ ਸਿਲੇਬਸ ਹੈ ਉਹਦਾ ਬਰਡਨ ਹੈ ਬੱਚਿਆਂ ਤੇ ਬਹੁਤ ਜ਼ਿਆਦਾ ਤੇ ਇਸ ਕਰਕੇ ਜਿਹੜਾ ਅਧਿਆਪਕ ਹੈ ਉਹ ਵੀ ਉਦੋਂ ਹੀ ਰੁਝੇ ਰਹਿੰਦਾ ਇਸ ਕਰਕੇ ਆਈਸੀਟੀ ਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰ ਸਕਦਾ ਫਿਰ ਇਹ ਵੀ ਹੈ ਜਿਹੜੇ ਬੱਚੇ ਨੇ ਉਹ ਸਿਰਫ ਐਜੂਕੇਸ਼ਨ ਦੇ ਵਾਲੀ ਲੱਗੇ ਰਹਿੰਦੇ ਨੇ ਕਿ ਉਹਨਾਂ ਨੂੰ ਇਹ ਨਹੀਂ ਕੋਈ ਹੋਰ ਪ੍ਰੈਕਟੀਕਲ ਨੌਲੇਜ ਨਹੀਂ ਦਿੱਤੀ ਜਾਂ ਜਿਹਦੇ ਬੇਸ ਤੇ ਉਹ ਜਿਹੜੇ ਬੱਚੇ ਨੇ ਉਹ ਕੋਈ ਆਈਸੀਟੀ ਦੇ ਫੀਲਡ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਨ ਨੈਕਸਟ ਹੈ ਲੈਕ ਆਫ ਇੰਟਰਸਟ ਹੁਣ ਇੰਟਰਸਟ ਦੀ ਜਿਹੜੀ ਘਾਟ ਹੈ ਉਹ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਬਹੁਤ ਵੱਡਾ ਚੈਲੰਜ ਹੈ ਹੁਣ ਅਧਿਆਪਕ ਵੀ ਨਹੀਂ ਇੰਟਰਸਟ ਲੈਂਦੇ ਜੇਕਰ ਅਧਿਆਪਕ ਕੇ ਇੰਟਰਸਟ ਨਾਲ ਕੰਮ ਕਰੇਗਾ ਤਾਂ ਬੱਚੇ ਇੰਟਰਸਟ ਤਾਂ ਹੀ ਲੈਣਗੇ ਇਸ ਕਰਕੇ ਜਿਹੜੇ ਅਧਿਆਪਕ ਨੇ ਆਈਸੀਟੀ ਨੂੰ ਯੂਜ਼ ਕਰਨਾ ਹੈ ਸਭ ਤੋਂ ਪਹਿਲਾਂ ਉਹਨਾਂ ਚ ਇੰਟਰਸਟ ਡਿਵੈਲਪ ਕਰਨ ਦੀ ਜ਼ਰੂਰਤ ਹੈ ਬਟ ਜਦੋਂ ਕੋਈ ਵੀ ਅਧਿਆਪਕ ਇਹ ਸੋਚੇਗਾ ਕਿ ਨਹੀਂ ਇਹ ਬੋਰਿੰਗ ਕੰਮ ਹੈ ਮੇਰਾ ਸਿਲੇਬਸ ਨਹੀਂ ਕੰਪਲੀਟ ਹੋਣਾ ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਤਾਂ ਅਧਿਆਪਕ ਦੇ ਇੰਟਰਸਟ ਲਏ ਬਿਨਾ ਜਿਹੜੀ ਆਈਸੀਟੀ ਉਹਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ ਆਰ ਰਿਸਪੌਂਸਿਬਿਲਟੀਜ਼ ਔਨ ਟੀਚਰ ਹੁੰਦੇ ਜਿਹੜੇ ਅਧਿਆਪਕਾ ਉਹਦੇ ਹੋਰ ਵੀ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ ਉਹਨੇ ਇਕੱਲਾ ਪੜ੍ਹਾਉਣਾ ਹੀ ਨਹੀਂ ਹੁੰਦਾ ਇਕੱਲੇ ਉਹਨੇ ਆਈਸੀਟੀ ਨਹੀਂ ਯੂਜ਼ ਕਰਨੀ ਹੁੰਦੀ ਸਕੂਲ ਦੇ ਵਿੱਚ ਉਹਨੂੰ ਹੋਰ ਵੀ ਬਹੁਤ ਸਾਰਾ ਜਿਹੜਾ ਵਰਕਲੋਡ ਆ ਉਹ ਹੁੰਦਾ ਏ ਐਗਜ਼ੈਂਪਲ ਦੇ ਤੌਰ ਤੇ ਅਧਿਆਪਕ ਜਿਹੜਾ ਮੀਡੇ ਮੀਲ ਹੈ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਲੱਗੀ ਹੁੰਦੀ ਹੈ ਫਿਰ ਬੱਚਿਆਂ ਦਾ ਰਿਕਾਰਡ ਤਿਆਰ ਕਰਨਾ ਹੈ ਕਦੇ ਬੱਚਿਆਂ ਦੇ ਟੈਸਟ ਹੋਏ ਨੇ ਉਹਨੂੰ ਚੈੱਕ ਕਰਨਾ ਹੈ ਉਹਨਾਂ ਦੇ ਨੋਟਬੁక్స్ ਚੈੱਕ ਕਰਨੀਆਂ ਨੇ ਇਹ ਸਾਰੇ ਜਿਹੜੇ ਕੰਮ ਨੇ ਜਾਂ ਕਈ ਵਾਰ ਟੀਚਰਸ ਨੂੰ ਲਾਇਬ੍ਰੇਰੀ ਨਾਲ ਰਿਲੇਟਡ ਕੰਮ ਦੇ ਦਿੰਦਾ ਹੈ ਕਈ ਅਤੇ ਆਪਕ ਨੂੰ ਹੋਰ ਵੀ ਜਿਹੜੇ ਬਾਹਰਲੇ ਕੰਮ ਨੇ ਉਹ ਕਰਨੇ ਪੈਂਦੇ ਨੇ ਇਸ ਕਰਕੇ ਜਿਹੜਾ ਅਧਿਆਪਕ ਆ ਉਹ ਆਈਸੀਟੀ ਨੂੰ ਜਿਹੜੀ ਬਹੁਤੀ ਇੰਪੋਰਟੈਂਸ ਉਹ ਨਹੀਂ ਦਿੰਦਾ ਨੈਕਸਟ ਆ ਲਿਮਿਟੇਸ਼ਨ ਆਫ ਐਜੂਕੇਸ਼ਨਲ ਟੈਕਨੋਲੋਜੀ ਫਿਰ ਜਿਹੜੀ ਐਜੂਕੇਸ਼ਨਲ ਟੈਕਨੋਲੋਜੀ ਹੈ ਸਿੱਖਿਆਕ ਟੈਕਨੋਲੋਜੀ ਹੈ ਉਹਦੀਆਂ ਕੁਝ ਹੋਰ ਲਿਮਿਟੇਸ਼ਨਸ ਵੀ ਨੇ ਜਿਹਦੇ ਕਰਕੇ ਇਹਨੂੰ ਸਹੀ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ ਜੋ ਵੀ ਅਸੀਂ ਨੇ ਵਰਤਨੇ ਸਾਧਨ ਜਿਵੇਂ ਕਿ ਕੰਪਿਊਟਰ ਹੋ ਗਿਆ LED ਹੈ ਸਾਡੇ ਕੋਲ ਤਾਂ ਇਹ ਚੀਜ਼ਾਂ ਕੀ ਨੇ ਇੱਕ ਮਸ਼ੀਨ ਨੇ ਤੇ ਜਿਹੜੀ ਇੱਕ ਮਸ਼ੀਨ ਹੈ ਉਹ ਕਦੇ ਵੀ ਸਹੀ ਤਰੀਕੇ ਜਿਹੜੀ এডਿਕੇਸ਼ਨ ਹੈ ਜਿਵੇਂ ਕਿ ਅਧਿਆਪਕ ਨੇ ਪ੍ਰੋਵਾਈਡ ਕਰਦੀ ਉਹ ਨਹੀਂ ਕਰ ਸਕਦੀ ਇਹ ਬੱਚਿਆਂ ਨੂੰ ਦੇਖੋ ਫੀਡਬੈਕ ਨਹੀਂ ਪ੍ਰੋਵਾਈਡ ਕਰ ਸਕਦੀ ਕਿਉਂਕਿ ਫੀਡਬੈਕ ਬਹੁਤ ਜ਼ਰੂਰੀ ਹੁੰਦੀ ਹੈ ਤੇ ਫਿਰ ਅਧਿਆਪਕਾਂ ਨੂੰ ਟ੍ਰੇਨਿੰਗ ਦੀ ਵੀ ਜ਼ਰੂਰਤ ਪੈਂਦੀ ਹੈ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਨਾ ਹੈ ਪ੍ਰੋਪਰ ਜੇ ਤੁਹਾਨੂੰ ਟ੍ਰੇਨਿੰਗ ਨਹੀਂ ਹੋਈਗੀ ਫਿਰ ਵੀ ਜਿਹੜੇ ਅਧਿਆਪਕ ਨੇ ਉਹ ਸਹੀ ਤਰੀਕੇ ਨਾਲ ਕੋਈ ਪ੍ਰੋਜੈਕਟਰ ਵਗੈਰਾ ਐਲਈਡੀ ਉਹਨੂੰ ਨਹੀਂ ਯੂਜ਼ ਕਰ ਸਕਣਗੇ ਤੇ ਨਾਲ ਇਹ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਇਹਦੇ ਵਿੱਚ ਮੌਜੂਦ ਵਿਦਿਆਰਥੀ ਅਧਿਆਪਕ ਦਾ ਜਿਹੜਾ ਰਿਲੇਸ਼ਨ ਹੈ ਇਹਦੇ ਵਿੱਚ ਉਹ ਵੀ ਖਤਮ ਹੋਣਗੇ ਕਿਉਂਕਿ ਵਿਦਿਆਰਥੀ ਤੇ ਅਧਿਆਪਕ ਦੀ ਉਸ ਟਾਈਮ ਆਪਸ ਵਿੱਚ ਕੋਈ ਇੰਟਰੈਕਸ਼ਨ ਨਹੀਂ ਹੁੰਦੀ ਵਿਦਿਆਰਥੀ ਤੇ ਅਧਿਆਪਕ ਦੋਵੇਂ ਹੀ ਜੇ ਪ੍ਰੋਜੈਕਟ ਦੇ ਕੁਝ ਉਹਨਾਂ ਨੂੰ ਦਿਖਾਇਆ ਜਾ ਰਿਹਾ ਹੈ ਤਾਂ ਉਹਦੇ ਵੱਲ ਹੀ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਬਣੇ ਰਹਿੰਦਾ ਹੈ ਨੈਕਸਟ ਹੈ ਮਿਸਯੂਜ਼ ਅਗਲੀ ਜਿਹੜੀ ਇਹਦੀ ਸਮੱਸਿਆ ਇਹ ਹੈ ਪ੍ਰੋਬਲਮ ਇਹ ਹੈ ਕਿ ਕਈ ਵਾਰ ਜਿਹੜੀ ਇਹ ਟੈਕਨੋਲੋਜੀ ਹੈ ਇਹਦਾ ਮਿਸਯੂਜ਼ ਕੀਤਾ ਜਾਂਦਾ ਹੈ ਮੀਨਜ਼ ਸਹੀ ਥਾਂ ਤੇ ਜਿੱਥੇ ਇਹਨੂੰ ਵਰਤਣਾ ਹੈ ਏਦੀ ਉੱਥੇ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਜੇਕਰ ਅਸੀਂ ਬੱਚਿਆਂ ਦੇ ਹੱਥ ਮੋਬਾਈਲ ਦਿੰਨੇ ਆ ਤਾਂ ਪੇਰੈਂਟਸ ਸਾਰਾ ਦਿਨ ਬੱਚਿਆਂ ਕੋਲ ਨਹੀਂ ਰਹਿੰਦੇ ਦੇਖਦੇ ਨਹੀਂ ਹੈਗੇ ਨਹੀਂ ਵੀ ਦੇਖ ਸਕਦੇ ਕੰਮਕਾਜੀ ਹੋਣ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਹੁਣ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਜੇ ਅਸੀਂ ਯੂਜ਼ਰ ਕਰਨ ਦੇ ਲਈ ਕਹਿ ਰਹੇ ਹਾਂ ਕਿ ਤੁਸੀਂ ਇਹਦਾ ਯੂਜ਼ ਕਰਨਾ ਹੈ ਤਾਂ ਆਟੋਮੈਟਿਕਲੀ ਜਿਹੜਾ ਮਿਸਯੂਜ਼ ਵਰਡ ਹੈ ਉਹ ਉੱਥੇ ਨਾਲ ਹੀ ਆ ਜਾਏਗਾ ਹੁਣ ਜੇਕਰ ਬੱਚਾ ਪੇਰੈਂਟਸ ਨੂੰ ਇਹ ਕਹੇ ਕਿ ਮੈਨੂੰ ਕੰਮ ਮਿਲਿਆ ਜਾਂ ਮੈਂ ਆਨਲਾਈਨ ਕੁਝ ਕਰਨਾ ਹੈ ਹੁਣ ਪੇਰੈਂਟਸ ਨੂੰ ਨਹੀਂ ਪਤਾ ਕਿ ਬੱਚਾ ਕੀ ਕਰ ਰਿਹਾ ਹੈ ਪੇਰੈਂਟਸ ਇਹ ਸੋਚਣਗੇ ਕਿ ਬੱਚਾ ਪੜ੍ਹ ਰਿਹਾ ਹੈ ਹੁਣ ਇਹ ਬੱਚਿਆਂ ਤੇ ਡਿਪੈਂਡ ਕਰਦਾ ਕਿ ਉਹਨੇ ਜਿਹੜੀ ਇਹ ਟੈਕਨੋਲੋਜੀ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨਾ ਹੈ ਜਾਂ ਉਹਦਾ ਮ ਨੈਕਸਟ ਹੈ ਲੈਕ ਆਫ ਪਰਸਨਲ ਕੰਟੈਕਟ ਹੁਣ ਇਹ ਚ ਜਿਹੜੇ ਵਿਦਿਆਰਥੀ ਨੇ ਤੇ ਅਧਿਆਪਕ ਨੇ ਉਹਨਾਂ ਦੇ ਵਿੱਚ ਜਿਹੜਾ ਪਰਸਨਲ ਕੰਟੈਕਟ ਆ ਉਹ ਨਹੀਂ ਹੁੰਦਾ ਜਾਂ ਫਿਰ ਤੁਸੀਂ ਇਹ ਕਹੋ ਵੀ ਜੇ ਕੋਈ ਆਡੀਓ ਬੱਚਿਆਂ ਨੂੰ ਸੁਣਾਈ ਜਾ ਰਹੀ ਹੈ ਜਾਂ ਕੋਈ ਵੀਡੀਓ ਹੈ ਜਾਂ ਕੋਈ ਅਸੀਂ ਬੱਚਿਆਂ ਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਉੱਥੇ ਉਹ ਦੇ ਨਾਲ ਰਿਲੇਟਡ ਜਿਹੜਾ ਕੰਟੈਕਟ ਉਸ ਪਰਸਨ ਦੇ ਨਾਲ ਨਹੀਂ ਹੁੰਦਾ ਜਿਵੇਂ ਕਿ ਹੁਣ ਫਿਲਮ ਹੈ ਇੱਕ ਐਜੂਕੇਸ਼ਨਲ ਮੂਵੀ ਕਹਿ ਲਓ ਉਹ ਬੱਚਿਆਂ ਨੂੰ ਦਿਖਾਈ ਗਈ ਹੈ ਬਟ ਜੇਕਰ ਬੱਚੇ ਨੇ ਕੁਝ ਕੁਐਰੀਜ਼ ਨੇ ਤਾਂ ਉਹ ਉੱਥੇ ਕੰਟੈਕਟ ਨਹੀਂ ਕਰ ਸਕਦੇ ਮੀਨ ਜਿਹੜਾ ਪਰਸਨਲ ਕੰਟੈਕਟ ਆ ਉਹਦੀ ਇਹਦੇ ਵਿੱਚ ਕਮੀ ਹੈ ਹੁਣ ਜੇਕਰ ਕਲਾਸ ਦੇ ਵਿੱਚ ਅਧਿਆਪਕ ਪੜਾ ਰਿਹਾ ਹੈ ਤਾਂ ਜੇ ਬੱਚੇ ਨੂੰ ਕੋਈ ਡਾਊਟ ਹੋਗਾ ਤਾਂ ਨਾਲ ਦੀ ਨਾਲ ਉਹ ਜਿਹੜਾ ਪਰਸਨਲ ਕੰਟੈਕਟ ਕਰਨਗੇ ਮੀਨ ਪਰਸਨਲ ਕੰਟੈਕਟ ਦਾ ਮਤਲਬ ਕਿ ਬੱਚਿਆਂ ਨੂੰ ਜਿਹੜੀ ਪ੍ਰੋਬਲਮ ਹੈ ਉਹਦੇ ਨਾਲ ਰਿਲੇਟਡ ਕੁਐਸਚਨ ਅਧਿਆਪਕ ਤੋਂ ਨਾਲ ਦੀ ਨਾਲ ਉਹ ਪੁੱਛ ਲੈਣਗੇ ਨੈਕਸਟ ਹੈ ਵਨ ਵੇ ਪ੍ਰੋਸੈਸ ਆਫ ਟੀਚਿੰਗ ਲਰਨਿੰਗ ਹੁਣ ਇਹ ਸਿਰਫ ਇੱਕ ਪਾਸੜ ਪ੍ਰਕਿਰਿਆ ਹੈ ਟੀਚਿੰਗ ਲਰਨਿੰਗ ਪ੍ਰੋਸੈਸ ਦੀ ਕਿਉਂਕਿ ਇਹਦੇ ਵਿੱਚ ਕੀ ਹੈ ਵੀ ਜਿਹੜਾ ਪੜਾਉਣ ਵਾਲਾ ਏ ਜੋ ਪ੍ਰੋਜੈਕਟਰ ਤੇ ਵੀਡੀਓ ਚੱਲ ਰਹੀ ਹੈ ਭਾਵੇਂ ਅਸੀਂ LED ਯੂਜ਼ ਕਰ ਰਹੇ ਹਾਂ ਭਾਵੇਂ ਅਸੀਂ ਰੇਡੀਓ ਤੇ ਕੋਈ ਪ੍ਰੋਗਰਾਮ ਬੱਚਿਆਂ ਨੂੰ ਦਿਖਾ ਰਹੇ ਹਾਂ ਤਾਂ ਸਿਰਫ ਉਹ ਅਗਲਾ ਹੀ ਬੋਲਦਾ ਰਹਿੰਦਾ ਏ ਤੇ ਜਿਹੜੇ ਬੱਚੇ ਨੇ ਉਹ ਪੈਸਿਵ ਰੋਲ ਪਲੇ ਕਰਦੇ ਨੇ ਉਹ ਸਿਰਫ ਬੈਠੇ ਸੁਣਦੇ ਰਹਿੰਦੇ ਨੇ ਹੋ ਸਕਦਾ ਉਹ ਪੂਰੇ ਇੰਟਰਸਟ ਦੇ ਨਾਲ ਨਾ ਵੀ ਸੁਣ ਰਹੇ ਹੋਣ ਕਿਉਂਕਿ ਇੰਟਰਸਟ ਤਾਂ ਬਣੇਗਾ ਜੇਕਰ ਇਹ 2-ਵੇ ਪ੍ਰੋਸੈਸ ਹੋਏਗਾ ਕਮਿਊਨੀਕੇਸ਼ਨ ਦਾ ਇਹਦੇ ਵਿੱਚ ਹੁਣ ਅਧਿਆਪਕ ਬੱਚਿਆਂ ਨਾਲ ਗੱਲਬਾਤ ਕਰੇ ਬੱਚੇ ਅਧਿਆਪਕ ਨਾਲ ਗੱਲਬਾਤ ਕਰੇ ਤਾਂ ਆਟੋਮੈਟਿਕਲੀ ਕਲਾਸ ਦਾ ਜਿਹੜਾ এনवायरमेंट ਹੈ ਉਹ ਵਧੀਆ ਹੋ ਜਾਂਦਾ ਹੈ ਡੈਮੋਕਰੈਟਿਕ ਹੋ ਜਾਂਦਾ ਹੈ ਬਟ ਇਹਦੀ ਇਹ ਡਰਾਅ ਬੈਕ ਹੈ ਕਿ ਇਹ ਇੱਕ ਵਨ ਵੇ ਕਮਿਊਨੀਕੇਸ਼ਨ ਪ੍ਰੋਸੈਸ ਇਹਦੇ ਵਿੱਚ ਰਹਿੰਦਾ ਹੈ ਨੋ ਸੋਲੂਸ਼ਨ ਆਫ ਪ੍ਰੋਬਲਮਸ ਫਿਰ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਸਾਰੀ ਕਲਾਸਰੂਮ ਦੇ ਵਿੱਚ ਪ੍ਰੋਬਲਮਸ ਹੋ ਸਕਦੀਆਂ ਨੇ ਸਬਜੈਕਟ ਮੈਟਰ ਨਾਲ ਰਿਲੇਟਡ ਹੋ ਸਕਦੀਆਂ ਨੇ ਪਰਸਨਲ ਪ੍ਰੋਬਲਮਸ ਹੋ ਸਕਦੀਆਂ ਨੇ ਬਟ ਜੇਕਰ ਸੇ ਨੂੰ ਆਈਸੀਟੀ ਦੇ ذریعے ਉਹਨਾਂ ਨੂੰ ਪੜ੍ਹਾ ਰਿਹਾ ਤਾਂ ਜਿਹੜੀਆਂ ਉਹਨਾਂ ਦੀਆਂ ਇਹ ਪ੍ਰੋਬਲਮਸ ਨੇ ਉਹਨਾਂ ਦਾ ਕੋਈ ਸੋਲੂਸ਼ਨ ਨਹੀਂ ਲੱਭਿਆ ਜਾਏਗਾ ਨੈਕਸਟ ਹੈ ਇਫੈਕਟ ਔਨ ਹੈਲਥ ਇਹ ਨਾਲ ਸਿਹਤ ਦੇ ਉੱਪਰ ਵੀ ਜਿਹੜਾ ਬੁਰਾ ਪ੍ਰਭਾਵ ਆ ਪੈਂਦਾ ਇਹ ਸਭ ਤੋਂ ਜ਼ਿਆਦਾ ਬੈਡ ਇਫੈਕਟ ਹੈ ਜਿਹਨੂੰ ਪੇਰੈਂਟਸ ਵੀ ਤੇ ਜਿਹੜੇ ਡਾਕਟਰ ਨੇ ਸਾਈਕੋਲੋਜਿਸ ਨੇ ਵੀ ਮੰਨ ਰਹੇ ਨੇ ਕਿ ਜਿੰਨੀ ਜ਼ਿਆਦਾ ਜਿਹੜੇ ਬੱਚੇ ਨੇ ਉਹ ਆਈਸੀਟੀ ਯੂਜ਼ ਕਰ ਰਹੇ ਨੇ ਜਾਂ ਖੁਦ ਕੁਛ ਲੱਭ ਕੇ ਪੜ੍ਹ ਰਹੇ ਨੇ ਤਾਂ ਇਹ ਉਹਨਾਂ ਦੀ ਸਿਹਤ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪਾ ਰਿਹਾ ਹੈ ਉੰਨਾ ਕਿ ਅਸੀਂ ਬੱਚੇ ਦੇਖੋ ਸਾਰ ਦਿਨ ਬੈਠੇ ਰਹਿਣਗੇ ਦੂਸਰਾ ਜਿਹੜੀ ਉਹਨਾਂ ਦੀ ਆਈ ਸਾਈਟ ਹੈ ਉਹ ਵੀ ਖਰਾਬ ਹੋਏਗੀ ਤੀਸਰਾ ਉਹਨਾਂ ਦੀ ਜਿਹੜੀ ਮੈਂਟਲ ਡਵੈਲਪਮੈਂਟ ਹੈ ਉਹ ਰੁਕ ਜਾਏਗੀ ਇਹਦੇ ਨਾਲ ਵੀ ਜਿਹੜੀ ਆਈਸੀਟੀ ਹੈ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਮੁਸ਼ਕਿਲ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਆ ਕਿ ਜਿਹੜੇ ਟੌਪਿਕ ਮੈਂ ਤੁਹਾਨੂੰ ਕਰਾ ਰਹੀ ਆ ਇਹ ਵੀ ਦੀ ਮੈਕਸਿਮਮ ਪੁਆਇੰਟਸ ਨੇ ਤੇ ਤੁਹਾਡੇ ਲਈ ਬੈਨੀਫੀਸ਼ੀਅਲ ਹੋਣਗੇ ਥੈਂਕ ਯੂ